ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ, ਕਿਰਪਿਓ ਦਰਸ਼ਨ ਦੇਖੇ। ਆਦਰਣੀਏ ਗੁਰੂ ਤੇਰੀ ਸਾਧ ਸੰਗਤ ਜੀ, ਅੱਜ ਡੇਰਾ ਸਿੰਘ ਬਾਬਾ ਰਾਂਝੇ ਦਾਸ ਜੀ ਮਹਾਰਾਜ, ਇਹਨਾਂ ਦੇ ਪਾਵਨ ਦਰਬਾਰ ਵਿੱਚ, ਇਹਨਾਂ ਦੇ ਪਾਵਨ ਚਿੰਨ੍ਹਾਂ ਤੋਂ ਵਰਸਾਏ ਹੋਏ ਪੂਜਿਆ ਗੁਰਦੇਵ ਸਤਿਗੁਰ ਸਵਾਮੀ ਚਰਨ ਦਾਸ ਜੀ ਮਹਾਰਾਜ, ਜਿਨ੍ਹਾਂ ਦਾ ਦਸਵਾਂ ਵਰਸੀ ਸਮਾਗਮ ਸਮੂਹ ਸੰਗਤਾਂ ਵੱਲੋਂ ਬੜੀ ਸ਼ਰਧਾ ਸਹਿਤ ਮਨਾਇਆ ਗਿਆ। 7 ਅਕਤੂਬਰ ਤੋਂ ਸਤਿ ਸ਼੍ਰੀ ਅਖੰਡ ਪਾਠ ਜਾਪ ਪ੍ਰਾਰੰਭ ਸਨ, ਜਿਨ੍ਹਾਂ ਦੇ 9 ਅਕਤੂਬਰ ਨੂੰ ਠੀਕ ਸਮੇਂ ਸਿਰ ਹੁਕ ਪਾਏ ਗਏ। ਉਪਰੰਤ ਖੁੱਲ੍ਹੇ ਪੰਡਾਲਾਂ ਵਿੱਚ ਵੱਖ ਵੱਖ ਡੇਰਿਆਂ ਤੋਂ ਵੱਖ ਵੱਖ ਸੰਪ੍ਰਦਾਇ ਦੇ ਮਹਾਂਪੁਰਸ਼ਾਂ ਨੇ ਆ ਕੇ ਸਮੂਹ ਸੰਗਤਾਂ ਨੂੰ ਪਰਮਾਤਮਾ ਦੇ ਨਾਮ ਦੇ ਨਾਲ, ਸਤਿਗੁਰ ਦੀ ਬਾਣੀ ਦੇ ਨਾਲ ਜੋੜਿਆ। ਔਰ ਦੇਸਾਂ ਪ੍ਰਦੇਸਾਂ ਤੋਂ ਸੰਗਤਾਂ ਨੇ ਆ ਕਰਕੇ, ਇਲਾਕਾ ਨਿਵਾਸੀ ਔਰ ਸਮੁੱਚੇ ਹੀ ਹਿੰਦੁਸਤਾਨ ਵਿੱਚੋਂ ਸੰਗਤਾਂ ਨੇ ਆ ਕਰਕੇ ਸਤਿਗੁਰਾਂ ਦੇ ਪਾਵਨ ਦਰਬਾਰ ਦੇ ਵਿੱਚ ਅਣਥੱਕ ਸੇਵਾ ਕੀਤੀ ਹੈ। ਔਰ ਗੁਰੂ ਤੇਰੀ ਸਾਧ ਸੰਗਤ ਜੀ, ਸਤਿਗੁਰਾਂ ਦੇ ਪਾਵਨ ਦਰਬਾਰ ਅੰਦਰ ਮੈਡੀਕਲ ਫਰੀ ਕੈਂਪ ਵੀ ਲਗਾਇਆ ਗਿਆ, ਔਰ ਹੋਰ ਵੀ ਸੁਵਿਧਾਵਾਂ ਜਿਹੜੀਆਂ ਡੇਰੇ ਵੱਲੋਂ ਚਲਾਈਆਂ ਜਾਂਦੀਆਂ ਨੇ, ਜਿਸ ਤਰ੍ਹਾਂ ਡੇਰੇ ਵਿੱਚ ਫਰੀ ਬੱਚਿਆਂ ਨੂੰ ਸਿਖਲਾਈ ਸੈਂਟਰ, ਜੋ ਸਿਲਾਈ ਸੈਂਟਰ ਹੈ ਉਹ ਚਲਾਇਆ ਜਾਂਦਾ ਹੈ, ਇਹੋ ਜਿਹੀਆਂ ਸੁਵਿਧਾਵਾਂ ਡੇਰੇ ਵੱਲੋਂ ਕੀਤੀਆਂ ਜਾਂਦੀਆਂ ਨੇ। ਔਰ ਅਸੀਂ ਸਮੁੱਚੀ ਹੀ ਸੰਗਤ ਦਾ ਕੋਟੋਂ ਕੋਟ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਪਾਵਨ ਦਰਬਾਰ ਦੇ ਵਿੱਚ ਆ ਕੇ ਆਪਣੇ ਤਨ ਮਨ ਧਨ ਦੇ ਨਾਲ ਸੇਵਾ ਕੀਤੀ ਹੈ। ਮਹਾਂਪੁਰਸ਼ਾਂ ਦਾ ਵੀ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਇਸ ਦੇ ਪਾਵਨ ਡੇਰੇ ਵਿੱਚ ਆ ਕੇ ਸਮੂਹ ਸੰਗਤਾਂ ਨੂੰ ਸਤਿਗੁਰ ਦੀ ਬਾਣੀ ਦੇ ਨਾਲ, ਪਰਮਾਤਮਾ ਦੇ ਨਾਮ ਦੇ ਨਾਲ ਜੋੜਿਆ। ਔਰ ਸਾਰੀ ਹੀ ਸੰਗਤ ਦਾ ਕੋਟੋਂ ਕੋਟ ਧੰਨਵਾਦ ਹੈ। ਮਾਰੇ ਅੱਗੇ ਹੀ ਅਰਦਾਸ ਬੇਨਤੀ ਕਰਦੇ, ਮਾਰੇ ਕਿਰਪਾ ਕਰਨ, ਆਪਣੀਆਂ ਸੰਗਤਾਂ ਦੇ ਸਿਰ 'ਤੇ ਮੇਰਾ ਪ੍ਰਿਆਦ ਦੇ ਕੇ ਰੱਖਣ, ਤੰਦਰੁਸਤੀ ਬਖਸ਼ਣ, ਚੜ੍ਹਦੀ ਕਲਾ ਹਰ ਮੈਦਾਨ ਦੇ ਫਤਿਹ ਬਖਸ਼ਿਸ਼ ਕਰਨ, ਸਭ ਦੇ ਸਿਰ 'ਤੇ ਮੇਰਾ ਪ੍ਰਿਆਦ ਦੇ ਕੇ ਰੱਖਣ। ਜੋ ਬੋਲੇ ਸੋ ਨਿਰਭੈ ਸਤਿਗੁਰ ਰਵਿਦਾਸ ਮਹਾਰਾਜ ਕੀ ਜੈ, ਜੋ ਬੋਲੇ ਸੋ ਨਿਰਭੈ ਤੰਤਰ ਬਾਬਾ ਰਾਂਝੂ ਦਾਸ ਮਹਾਰਾਜ ਕੀ ਜੈ, ਜੋ ਬੋਲੇ ਸੋ ਨਿਰਭੈ ਪੂਜਿਆ ਗੁਰੂ ਸਤਿਗੁਰ ਸਵਾਮੀ ਚਰਨ ਦਾਸ ਮਹਾਰਾਜ ਕੀ ਜੈ। ਸਤਨਾਮ ਸ਼੍ਰੀ ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਨਿਰਭੈ ਸਤਿਗੁਰ ਰਵਿਦਾਸ ਮਹਾਰਾਜ ਕੀ ਜੈ, ਬਾਬਾ ਰਾਂਝੂ ਦਾਸ ਮਹਾਰਾਜ ਕੀ ਜੈ, ਬੋਲੇ ਸੋ ਨਿਰਭੈ ਪੂਜਕ ਸਤਿ ਸੁਣੀ ਚਰਨ ਦਾਸ ਮਹਾਰਾਜ।